ਦੁਨੀਆ ਭਰ ਵਿੱਚ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ, ਉੱਥੇ ਹੀ ਸਿੱਖ ਕੌਮ ਅੱਜ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਤੇ ਮਹਾਨ ਤਪੱਸਵੀ ਯੋਧਾ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾ ਰਹੀ ਹੈ। SGPC ਦੇ ਵੱਲੋਂ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਗੁਰਦੁਆਰਾ ਸ਼ਹੀਦ ਗੰਜ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਇਲਾਹੀ ਸ਼ਬਦ ਕੀਰਤਨ ਦਾ ਸਰਵਣ ਸੰਗਤਾਂ ਦੇ ਵੱਲੋਂ ਕੀਤਾ ਗਿਆ। ਦਿਨ ਦੇ 12 ਵਜੇ ਤੋਂ 2 ਵਜੇ ਤੱਕ ਕਵੀ ਦਰਬਾਰ ਹੋਇਆ, ਜਿਸ ਵਿੱਚ ਬਾਬਾ ਦੀਪ ਸਿੰਘ ਜੀ ਦੇ ਜੀਵਨ ਉੱਤੇ ਰੌਸ਼ਨੀ ਪਾਈ ਗਈ। ਪਹੁੰਚੇ ਹੋਏ ਢਾਡੀ ਅਤੇ ਕਵਿਸ਼ਰੀ ਜਥਿਆਂ ਨੇ ਆਪਣੀਆਂ ਕਵਿਤਾਵਾਂ ਦੇ ਰੂਪ ਵਿੱਚ ਉਹਨਾਂ ਦੀ ਸ਼ਹਾਦਤ ਅਤੇ ਅਦੁੱਤੀ ਕੁਰਬਾਨੀ ਬਾਰੇ ਦੱਸਿਆ। ਅਹਿਮਦ ਸ਼ਾਹ ਅਬਦਾਲੀ ਨੇ ਜਦ ਦਰਬਾਰ ਸਾਹਿਬ ਉੱਤੇ ਹਮਲਾ ਕਰ ਗੁਰੂ ਘਰ ਦਾ ਨਿਰਾਦਰ ਕੀਤਾ ਸੀ ਤਾਂ ਬਾਬਾ ਦੀਪ ਸਿੰਘ ਜੀ ਨੇ ਬੇਅਦਬੀ ਦਾ ਬਦਲਾ ਲੈਣ ਲਈ ਸ਼ੀਸ਼ ਤਲੀ 'ਤੇ ਰੱਖ ਕੇ ਮੁਗਲਾਂ ਨਾਲ ਯੁੱਧ ਕੀਤਾ ਸੀ। ਇਸੇ ਲਈ ਹੀ ਸਾਰੀ ਸਿੱਖ ਕੌਮ ਉਹਨਾਂ ਨੂੰ ਅੱਜ ਵੀ ਪ੍ਰਣਾਮ ਕਰਦੀ ਹੈ। ਇਸ ਮੌਕੇ 'ਤੇ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਜੀ ਸਿੱਖ ਕੌਮ ਦੇ ਮਹਾਨ ਅਤੇ ਸਤਿਕਾਰਯੋਗ ਸ਼ਹੀਦ ਹਨ। ਇਸੇ ਕਾਰਨ ਹੀ ਸਿੱਖ ਕੌਮ ਵੱਲੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅਮਰ ਸ਼ਹੀਦ ਬਾਬਾ ਸ਼ਹੀਦੀ ਦਿਹਾੜਾ ਮਜ਼ਲੂਮ ਨੂੰ ਜਗਾਉਣ ਵਾਲਾ ਸਾਨੂੰ ਸਬਕ ਸ਼ਹੀਦੀ ਸਿਖਾਉਣ ਵਾਲਾ ਆਲਮਗੀਰ ਬੇਗਲਮ ਦੀ ਕੈਦ ਅੰਦਰ ਨਜ਼ਰ ਨਮਾ ਸਕੂਲ ਕਿਆ ਰਿਹਾ ਹੈ ਕੋਈ ਪ੍ਰੇਮ ਦੀ ਪੱਟੀ ਬਣਾਉਣ ਖਾਤਰ। ਬਾਬਾ ਦੀਪ ਸਿੰਘ ਦੇ ਦੱਸਿਆ ਜੀ, ਬਾਬਾ ਦੀਪ ਸਿੰਘ ਜੀ ਦਾ ਦਿਹਾੜਾ ਹੈ, ਸ਼ਹੀਦੀ ਦਿਹਾੜਾ ਅੱਜ, ਬੜੀਆਂ ਰੌਣਕਾਂ ਲੱਗੀਆਂ ਨੇ, ਮਾਤਾ ਜੀ ਜਾਣਾ ਥਾਂ ਥਾਂ ਦੇ ਲੰਗਰ ਲੱਗੇ ਨੇ। ਮੇਰਾ ਨਾਮ ਜਸਵੰਤ ਸਿੰਘ। ਹਾਂਜੀ, ਕੀ ਕਹਿਣਾ ਚਾਹੋਗੇ ਅੱਜ ਸ਼ਹੀਦੀ ਦਿਵਸ ਤੇ ਆਏ ਹੋ ਜੀ? ਸ਼ਹੀਦੀ ਦਿਵਸ ਹੈ ਜੀ, ਬਾਬਾ ਦੀ ਸ਼ਰਧਾਂਜਲੀ ਦਿੱਤੀ ਹੈ ਸੱਚੇ ਪਾਤਸ਼ਾਹ, ਉਹਨੂੰ ਆਸ਼ੀਰਵਾਦ ਲਿਆ ਸੱਚੇ ਪਾਤਸ਼ਾਹ। ਸ਼ਹੀਦੀ ਦੇ ਵਿੱਚ ਸੰਗਤਾਂ ਵੱਧ ਤੋਂ ਵੱਧ ਆਈਆਂ ਹੋਈਆਂ, ਮੱਥਾ ਟੇਕ ਰਹੀਆਂ, ਬਾਬੇ ਨੂੰ ਸ਼ਰਧਾਂਜਲੀ ਦੇ ਰਹੀਆਂ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।